ਲਓ ਜੀ ਮੈਚ ਸਟਾਰਟ ਹੈ। ਕੈਮਰੇ ਦੇ ਬਿਲਕੁਲ ਸਾਹਮਣੇ ਟੀਮ ਆ ਗਈ ਹੈ ਜੀ, ਝੋਲ ਰੋਹੀ ਦੀ ਨਾਲ ਬਾਬਾ ਕੌੜਾ, ਦੂਜੇ ਪਾਸੇ ਟੀਮ ਹੈ ਢਾਣੀ ਮਹਿਤਾਬ ਸ਼ਕਤੀ ਦੀ ਟੀਮ, ਨਾਲ ਖੇਡ ਰਿਹਾ ਅਰਵਿੰਦਰ ਭੁੱਲਰ ਤੇ ਗਰਾਊਂਡ ਨੰਬਰ 2 ਦੇ ਵਿੱਚ ਵੀ ਹੋ ਗਿਆ ਕੰਮ ਸ਼ੁਰੂ। ਨਵੀਂ ਬਾਬੇ ਆ ਜਿਹੜਾ ਪਿਛਲਾ ਮੈਚ ਖੇਡਿਆ ਹੈ ਤੇ ਜਿੱਤੇ ਆ, ਸ਼ੇਰ ਦੇ ਮੂੰਹ ਚੋਂ ਹੱਥ ਕੱਢਣ ਵਾਲੀ ਗੱਲ ਕੀਤੀ ਹੈ ਤੇ ਹੋਏ ਪਰ ਆਲੂ ਕਹਿੰਦੇ ਗਲਤੀ ਵੱਡੀ ਕਰ ਗਿਆ ਮੇਰੀ ਵੀਡੀਓ। ਲਾ ਉਸ ਸਾਹਮਣੇ ਇੱਕ ਵਾਰੀ ਫੇਰ ਗਲਤੀ ਕਹਿੰਦੇ ਵੱਡੀ ਕਰਤੀ ਹੈ ਮੁੰਡੇ ਨੇ, ਸੋਪੂ ਨੇ ਪਰਨਾ ਲਾ ਦਿੱਤਾ, ਹੁਣ ਕੁਝ ਹੋ ਸਕਦਾ ਹੈ। ਪਰ ਲੈ ਵੀ ਸੋਪੂ ਇਹ ਨੌਬਤ ਰਾਜ ਵੀ ਕਿਤੇ ਕੁੜਤਾ ਹੀ ਤਾਰ ਨਾ ਪੈ ਜੇ, ਹੁਣ ਸਮਝਾ ਲਿਆ ਤੇਰੇ ਪਿੰਡ ਵਾਲਿਆਂ ਨੂੰ। ਲਾ ਉਸ ਸਾਹਮਣੇ ਤਗਲੇ ਇੱਥੇ ਰੱਖ, ਸੋਪੂ ਤੈਨੂੰ ਕੀ ਆਖਿਆ ਸੀਗਾ ਕਿਤੇ ਕੁੜਤਾ ਤਰਦੀ ਨੌਬਤ ਰਾਜ। ਲਾ ਉਸ ਸਾਹਮਣੇ ਗਰਾਊਂਡ ਨੰਬਰ 2 ਦੇ ਵਿੱਚ ਵੀ ਕਹਿੰਦੇ ਮੈਚ ਬਾਲਾ ਚੌਕੀ ਦਾ ਕਿਵੇਂ ਖੇਡਿਆ ਜਾ ਰਿਹਾ ਮੇਰੀ ਵੀਡੀਓ, ਉੱਥੇ ਦੁੱਖ ਟੁੱਟ ਜਾਣੇ ਆ। ਪਹਿਲਾਂ ਵੀ ਬਾਬੇ ਹੋਣਾ ਨੇ ਮੈਚ ਬੜਾ ਤਗੜਾ ਵਿਖਾਇਆ ਹੈ, ਆਹ ਮੈਚ ਵੀ ਕਹਿੰਦੇ ਬਹੁਤ ਤਗੜਾ ਖੇਡਿਆ ਜਾਵੇਗਾ ਖੇਡਦੇ ਆਹ ਕਹਿੰਦੇ ਗਰਾਊਂਡ ਦੇ ਵਿੱਚ ਗੱਲਾਂ ਕਦੇ ਟਿਕਾਣੇ ਆ। ਲਓ ਫੇਰ ਇੱਕ ਵਾਰੀ ਆਏ ਹੋਏ ਸੋਪੂ ਹੈ, ਗਲਤੀ ਕਿੰਨੇ ਵੱਡੀ ਹੋ ਗਈ ਮੇਰੀ ਵੀਰੋ, ਖੇਡਦੇ ਗਰਾਊਂਡ ਦੇ ਵਿੱਚ ਗਲਤੀ ਜਿਹੜੀ ਵੱਡੀ ਹੋ ਗਈ ਹੈ। ਉਹ ਵਾਹ ਹੋਏ ਮੁੰਡੇ ਆ, ਹੈਣ ਕਮਾਲ ਹੋਈ ਪਈ ਹੈ ਮੇਰੀ ਵੀਡੀਓ। ਖੇਡਦੇ ਗਰਾਊਂਡ ਦੇ ਵਿੱਚ ਵੀ 2-4 ਹੋਣ, ਪਰ ਹੁਣ ਚੱਜ ਦੇ ਗਿਣਤੀ ਵਧਾ ਕੇ ਕਿਹੜਾ ਵੋਟ ਜੋੜਨੀ ਬਾਈ, ਔਖੇ ਵੇਲੇ ਜਿਹੜੇ ਕਦੇ ਕੰਮ ਆਏ ਨਾ। ਛੱਡ ਗੁਰਦਾਸ ਲੀਰਾਂ ਦੀ ਕੋਈ ਲੋੜ ਨਹੀਂ, ਸੱਧੂ ਆਏ ਬਹੁਤੇ ਤਾਂ ਖਿਸਕ ਜਾਂਦੇ ਆ ਜਦੋਂ ਇਹ ਮੁਸੀਬਤਾਂ ਦਾ ਭਾਰ ਗਿਰਦਾ। ਔਖੇ ਵੇਲੇ ਕਿਹੜੇ ਕਿਹੜੇ ਨਾਲ ਖੜੇ ਆ, ਜੱਟ ਦਿਲ ਦੇ ਪੰਨੇ ਦੇ ਉੱਤੇ ਲਿਖੀ ਫਿਰਦਾ ਹੈ। ਔਖੇ ਵੇਲੇ ਕਿਹੜੇ ਕਿਹੜੇ ਨਾਲ ਖੜੇ ਆ, ਜੱਟ ਦਿਲ ਦੇ ਪੰਨੇ ਦੇ ਉੱਤੇ ਆਹ ਲਿਖੀ ਫਿਰਦਾ ਹੈ। ਗਰਾਊਂਡ ਨੰਬਰ 2 ਦੇ ਵਿੱਚ ਟੱਕਰ ਸਿਰੇ ਦੀ ਖੇਡੀ ਆ ਰਹੀ ਆ, ਮੁੰਡੇ ਪੱਟੀਆਂ ਤੋੜਦੇ ਆ, ਇਹ ਡਰੋਪ ਪਾਉਂਦੇ ਆ, ਇੱਧਰ ਕਦੇ ਆ ਇੱਥੇ ਰੱਖ ਲੈਵੀ ਝੋੜਾ ਵਾਲੇ ਆ, ਗਲਤੀ ਦੀ ਗੁਜਾਇਸ਼ ਨੀ ਮਿੱਤਰਾ ਹੈ। ਹਿਸਾਰ ਵਾਲੇ ਮੁੰਡੇ ਵੀ ਆਏ ਹੋਏ ਆ, ਮੁੰਡੇ ਹਰਿਆਣੇ ਵਾਲੇ ਆਏ ਹੋਏ ਆ, ਫੂਸ ਮੰਡੀ ਦੇ ਨਾਲ ਮੈਂ ਜਿਹੜਾ ਕਦੇ ਖੇਡਿਆ ਜਾਣਾ ਹੈ। ਪਰ ਇੱਧਰਲੇ ਪਾਸੇ ਕਹਿੰਦੇ ਆਹ ਟੱਕਰ ਬਰਾਬਰ ਦੀ ਆ, ਵੀ ਟੱਕਰ ਪੈ ਗਈ ਸ਼ੇਰਾਂ ਦੀ, ਖੜ ਕੇ ਵੇਖੂ ਕੁੱਲ ਜਮਾਨਾ ਹੈ। ਮੈਚ ਉਹੀ ਜਿੱਤਣਗੇ ਜਿਹਨਾਂ ਦੇ ਡੌਲਿਆਂ ਗੁੱਟਾਂ ਤੇ ਪੱਟਾਂ ਦੇ ਵਿੱਚ ਜਾਂਦਾ ਹੈ, ਜਿਹਨਾਂ ਨੇ ਮਿਹਨਤ ਕੀਤੀ ਹੈ ਔਰ ਜਿਹਨਾਂ ਦੇ ਡੌਲਿਆਂ ਦੇ ਵਿੱਚ ਜ਼ੋਰ ਆਏ, ਉਹਨਾਂ ਨੇ ਕਹਿੰਦੇ ਚੱਲਦੇ ਮੈਚ ਦੇ ਵਿੱਚ ਬੱਲੇ ਬੱਲੇ ਕਰਾਉਣੀ ਹੈ। ਪਰ ਵੇਖੋ ਮੁੰਡੇ ਦੀ ਛੋਟੀ ਜਿਹੀ ਉਮਰ ਹੈ ਮੇਰੇ ਮਿੱਤਰੋ, ਜਿਹੜਾ ਕਦੇ ਆਹ ਸ਼ੋਟ ਖੇਡਦਾ ਹੈ ਇਹਦੀ ਨਿੱਕੀ ਜਿਹੀ ਉਮਰ ਹੈ। ਔਰ ਵਾਹ ਹੋਏ ਨਹੀਂ ਜਾਂਦਾ, ਕਮਾਲ ਹੋ ਗਈ ਖੇਡ ਗਰਾਊਂਡ ਦੇ ਵਿੱਚ। ਨਹੀਂ ਮੈਚ ਹੋਇਆ ਨਹੀਂ ਲਵਲੀ ਬਈ, ਅਜੇ ਮੈਚ ਰਹਿੰਦਾ। ਪਰ ਮੁੰਡਾ ਕਦੇ ਕਮਾਲ ਕਰੀ ਆਉਂਦਾ ਹੈ, ਸਿਆਣੇ ਕਹਿੰਦੇ ਆ ਵੀ ਜਾਂਦੀਆਂ ਅਜੇ ਬਈ ਦੂਜੇ ਰਾਊਂਡ ਦੇ ਮੈਚ ਚੱਲੀ ਜਾਂਦੇ ਆ ਹੁੰਦੇ ਆ, ਤੇ ਉਹ ਸਾਬਿਤ ਕਰਤਾ ਮੁੰਡੇ ਨੇ। ਸਾਰੇ ਭਰਾ ਸ਼ੇਅਰ ਜ਼ਰੂਰ ਕਰਾਂਗੇ ਬਾਈ, 1-1, 2-2 ਚੱਲਦੇ ਮੈਚ ਨੂੰ, ਮੈਚ ਬਹੁਤ ਤਗੜਾ ਲੱਗਣਾ ਬਾਈ, ਹਾਈ ਵੋਲਟੇਜ ਮੈਚ ਹੋਣਾ ਪੂਰਾ। ਸਵਾਦ ਸਵਾਦ ਉਹ ਸਵਾਦ, ਹਾਂਜੀ ਹਾਂਜੀ, ਅਜੇ ਬਾਈ ਕਮੈਂਟਰ ਬਹੁਤ ਦੂਰ ਹੈ ਬਾਈ,
ਬੁਲਾ ਤਾਂ ਦਿੱਤਾ ਬਾਈ ਯਾਰ, ਕਿੰਨੇ ਕੁ ਵਾਰੀ ਬੁਲਾਈ ਹੈ ਦੱਸੋ, ਸ਼ਕਤੀ ਪ੍ਰਦਰਸ਼ਨ ਕਰ ਰਹੀ ਆ। ਉਹ ਬਾਈ ਦੂਰ ਬੈਠਾ ਕਮੈਂਟਰ, ਜਦੋਂ ਆ ਗਿਆ ਮੇਰੇ ਕੋਲ ਜ਼ਰੂਰ ਬੁਲਾਊਂਗਾ ਬਾਈ। ਅਜੇ ਕਿਹੜਾ ਦੇਸ਼ ਸੀ ਆਪਣਾ, ਇਟਲੀ ਤੋਂ। ਜੱਸਾ ਨਹੀਂ ਆਇਆ ਬਾਈ, ਬਾਈ ਓਏ ਰਿਕੁਐਸਟ ਹੀ ਹੈ ਯਾਰ, ਬਾਈ ਹੋ ਜਾ ਪਿੱਛੇ ਹੋ ਜਾ ਯਾਰ। ਓਕੇ ਓਕੇ, ਜਰਮਨੀ ਤੋਂ, ਠੀਕ ਹੈ ਠੀਕ ਹੈ ਬਾਈ। ਸਕੋਰ ਦੱਸਦੇ ਹਾਂ ਲਵਲੀ, ਜੱਗੀ ਜੱਗੀ ਨਹੀਂ, ਗੋਲੂ ਸ਼ਰਮਾ ਫਾਈਨਲ ਨਹੀਂ ਹੈਗਾ ਅਜੇ ਤਾਂ ਬਾਈ, ਦੂਜਾ ਰਾਊਂਡ ਚੱਲੀ ਜਾਂਦਾ। ਸਕੋਰ ਸਕੋਰ ਕੀ ਹੋ ਗਿਆ ਬਾਈ? ਸੱਤ ਉੱਧਰ, ਸੱਤ ਬਾਈ ਟਾਣੀ, ਮੈਂ ਤਾਂ ਆਪਦੇ ਇੱਧਰ ਤਿੰਨ ਨੰਬਰ ਜਿਹੜਾ ਮੈਚ ਉੱਧਰਲੇ ਗਰਾਊਂਡ 'ਚ ਖੇਡਿਆ ਜਾ ਰਿਹਾ ਹੈ ਤੇ ਕੁਝ ਨਾ ਕੁਝ ਹੋਣਾ ਜ਼ਰੂਰ ਹੈ ਮੇਰੀ ਵੀਡੀਓ। ਹਾਂਜੀ ਹਾਂਜੀ, ਲਵਲੀ ਬਾਹਰ ਆ ਗਿਆ ਬਾਈ, ਉਮਰ ਨਿੱਕੀ ਆ ਪਰ ਦਾਲਾ ਚੰਦਰ ਹੈ, ਆਉਣ ਵਾਲੇ ਦਿਨਾਂ ਦਾ ਕਦੇ ਇੱਕ ਸੁਪਰਸਟਾਰ ਖਿਡਾਰੀ ਬਣਨਾ ਮੁੰਡੇ ਨੇ, ਪਰ ਹੁਣ ਗਲਤੀ ਵੱਡੀ ਹੋ ਗਈ। 8 ਦਿਨ ਸਾਈਡਾਂ ਚੇਂਜ ਹੋ ਗਈਆਂ ਬਾਈ, ਦੇ ਖਿਡਾਰੀਆਂ ਤੋਂ ਗਲਤੀ ਵੱਡੀ ਹੋ ਗਈ ਆ। ਨਹੀਂ, ਦੋ ਲਾਈਵ ਹੈ ਗੋਲੂ ਬਾਈ, ਦੂਜਾ ਮਾਲਵਾ ਬੈਲਟ ਵਾਲਾ ਚੱਲੀ ਜਾਂਦਾ। ਨਹੀਂ, ਹਿਸਾਰ ਦਾ ਮੈਚ ਨਹੀਂ ਹੋਇਆ ਨਵਨੀਤ ਦਾ ਵੀ, ਬਾਕੀ ਆ ਬਾਈ। ਲਓ ਸਾਹਮਣੇ ਮੇਰੀ ਵੀਡੀਓ, ਕਮਾਲ ਹੋ ਗਈ ਆ। ਇੱਥੇ ਰੱਖ, ਸਵੇਰ ਤੱਕ ਆਹ ਫੈਸਲੇ ਹੋ ਜਾਣਗੇ, ਕੱਲ ਨੂੰ ਫਿਰ ਕਬੱਡੀ ਦਾ ਮੇਲਾ, ਕਦੇ ਟੌਪ ਦਾ ਖੇਡਿਆ ਸਾਡਾ, ਕਦੇ ਕਬੱਡੀ ਦਾ ਇੱਕ ਝੋਟੀ ਦਾ ਖਿਡਾਰੀ ਹੈ ਮੇਰੀ ਵੀਡੀਓ, ਉਹਦਾ ਵੀ ਕਹਿੰਦੇ ਵੱਡਾ ਧੰਨਵਾਦ ਹੈ ਰਿੰਕੂ ਸਾਡਾ ਵੀਰ, ਕਬੱਡੀ ਖਿਡਾਰੀ। ਲਓ ਸਾਹਮਣੇ ਤੱਕ ਦੇ ਆਪਾਂ ਫਿਰ ਟਰਾਈ ਕਦੇ ਵੱਡੀ ਕੀਤੀ, ਹੁਣ ਢਾਣੀ ਮਹਿਤਾਬ ਸੀ ਦੀ ਟੀਮ ਨੇ, ਜੱਸਾ ਨਹੀਂ ਆਇਆ ਸਚਿਨ ਬਾਈ, ਜੱਸਾ ਨਹੀਂ ਆਇਆ, ਕਿਹੜੀ ਟੀਮ ਨੇ ਜਿੱਤਣਾ ਹੁਣ ਪਤਾ ਲੱਗ ਜਾਣਾ ਮੇਰੀ ਵੀਰ। ਤੇ ਗਰਾਊਂਡ ਨੰਬਰ 2 ਦੇ ਵਿੱਚ ਟੀਮ ਝੋਲਾ ਰੋਹੀ ਤੇ ਨਾਲ ਢਾਣੀ ਮਹਿਤਾਬ ਸ਼ਕਤੀ ਦੀਆਂ ਟੀਮਾਂ ਜਿਹੜੀਆਂ ਬੱਲੇ ਬੱਲੇ ਕਰਵਾ ਰਹੀਆਂ। ਜੱਗੀ ਬਾਈ ਉਹ ਕਮੈਂਟਰ ਨੂੰ ਭੇਜੀ ਇੱਕ ਵਾਰੀ, ਜੱਸਾ ਰਾਈਸਰ ਨਹੀਂ ਆਇਆ ਸਚਿਨ ਬਾਈ। ਅਜੇ ਵਰਤੀ ਆ ਜਰਮਨ ਤੋਂ, ਇਸੇ ਪਿੰਡ ਦਾ ਮੁੰਡਾ, ਉਹ ਲਾਈਵ ਦੇਖੀ ਜਾਂਦਾ, ਬੁਲਾ ਦੀ ਯਾਰ ਬਹੁਤ ਟਾਈਮ ਹੋ ਗਿਆ, ਕਮੈਂਟ ਕਰਦਾ ਤੂੰ ਉੱਧਰ ਬੈਠਾ। ਲਓ ਸਾਹਮਣੇ ਕਮਾਲ ਹੋਈ ਪਈ ਹੈ ਆਹ ਮੈਚ ਨੇ ਵੀ, ਮੈਂ ਦੱਸਿਆ ਹੈ ਲੋਕਾਂ ਦੇ ਕਹਿੰਦੇ ਦੁੱਖ ਤੋੜ ਦੇਣੇ ਆ ਝੋਰਨਾ ਵਾਲੇ, ਆ ਪਹਿਲਾਂ ਵੀ ਹਾਰਿਆ ਹੋਇਆ ਮੈਚ ਕੱਢਿਆ ਹੈ, ਹੁਣ ਵੀ ਲੋਕ ਉਮੀਦਾਂ ਲਾਉਂਦੇ ਆ ਵੀ ਆਹ ਮੈਚ ਦੇ ਵਿੱਚ ਮੁੰਡੇ ਬੱਲੇ ਬੱਲੇ ਕਰਾਉਣਗੇ। ਲਓ ਸਾਹਮਣੇ ਹੋਈ ਪਈ ਆ ਕਹਿੰਦੇ ਕਮਾਲ ਹੈ, ਉੱਧਰ ਅਜੇ ਵਰਤੀਆ ਵੀਰ ਹੈ ਸਾਡਾ, ਵਿਦੇਸ਼ਾਂ ਦੀ ਧਰਤੀ ਤੋਂ ਕਹਿੰਦੇ ਲਾਈਵ ਜੁੜਿਆ ਹੋਇਆ ਹੈ,
ਜੱਦੀ ਪਿੰਡ ਕਹਿੰਦੇ ਹਜਰਾਵਾ ਖੁਰਦਾ ਹੈ, ਅਜੇ ਵਰਤੀਆ ਵੀਰ ਸਾਡਾ ਹੈ, ਵਿਸ਼ੇਸ਼ ਤੌਰ ਤੇ ਅਜੇ ਮੇਲੇ ਨਾਲ ਕਹਿੰਦੇ ਜੁੜਿਆ ਹੈ, ਉਹਦਾ ਵੀ ਬਹੁਤ ਵੱਡਾ ਧੰਨਵਾਦ ਹੈ। ਪਰ ਕਮਾਲ ਹੋਈ ਪਈ ਇਧਰਲੇ ਪਾਸੇ ਗਰਾਊਂਡ ਨੰਬਰ 2 ਦਾ ਲੇਖਾ ਜੋਖਾ ਦੱਸੋ ਜੀ ਕੀ ਹੈ, ਗਰਾਊਂਡ ਨੰਬਰ 2 ਦਾ ਲੇਖਾ ਜੋਖਾ ਸਕੋਰ 9 ਮਹਿਤਾਬ ਸ਼ਕਤੀ ਦੀ ਟੀਮ ਦੇ, ਢਾਣੀ ਮਹਿਤਾਬ ਸ਼ਕਤੀ ਦੀ ਟੀਮ ਦੇ ਜਿਹੜੇ 9 ਪੁਆਇੰਟਾਂ ਤੇ, ਦੂਜੇ ਪਾਸੇ 2 ਪੁਆਇੰਟਾਂ ਮੇਰੇ ਵੀਰੋ, ਔਰ 4 ਹੋ ਗਏ ਬਾਈ, ਉਧਰ ਚੱਲੀ ਜਾਂਦਾ ਯਾਰ, 9-2 ਦਾ ਮੁਕਾਬਲਾ ਚੱਲ ਰਿਹਾ ਹੈ, ਔਰ ਸੀ ਦੀ ਟੀਮ ਨੇ ਕਹਿੰਦੇ ਬਰਤ ਹਾਸਲ ਕਰੀ ਹੋਈ ਹੈ, ਉਧਰਲੇ ਪਾਸੇ ਵੀ ਮੁੰਡੇ ਢਾਣੀ ਮਹਿਤਾਬ ਵਾਲੇ ਬੱਲੇ ਬੱਲੇ ਕਰਾਈ ਜਾਂਦੇ ਆ, ਤੇ ਚੈਨੇ ਵਾਲੇ ਬੀਜ ਨਾਲ ਜਿਹੜਾ ਮੈਚ ਖੇਡਿਆ ਜਾ ਰਿਹਾ ਹੈ। ਇਸ ਤੋਂ ਬਾਅਦ ਦਰੀਆਪੁਰ ਡੱਬੂ ਤੇ ਮਾਨ ਖੇਡਦੀਆਂ ਟੀਮਾਂ, ਬੱਗੂ ਵਾਲੀ ਤੇ ਲਾੜਵਾ, ਭਨਿਆਰੀ ਤੇ ਅਹਿਲੀ ਸਦਰ, ਹਿਸਾਰ ਤੇ ਫਿਰ ਫੂਸ ਮੰਡੀ ਦੀਆਂ ਟੀਮਾਂ ਜਿਹੜੀਆਂ ਬਿਲਕੁਲ ਤਿਆਰ ਪਰ ਤਿਆਰ ਰਹਿਣ। ਇਸ ਤੋਂ ਬਾਅਦ ਦਰੀਆਪੁਰ ਡੱਬੂ ਤੇ ਮਾਨ ਖੇਡਦੀਆਂ ਟੀਮਾਂ ਬਾਈ, ਚਾਹੇ ਗਰਾਊਂਡ ਨੰਬਰ 1 ਵੇਲਾ ਹੋ ਜਾਵੇ ਤੇ ਚਾਹੇ ਪਹਿਲਾਂ 2 ਹੋ ਜਾਵੇ, ਉਸੇ ਗਰਾਊਂਡ ਤੇ ਟੀਮ ਪਹੁੰਚ ਜਾਏਗੀ। ਇਹ ਮੈਚ ਜਿਹੜਾ ਖੇਡਿਆ ਜਾਵੇਗਾ, ਇਹ ਟੀਮਾਂ ਵੀ ਜਿਹੜੀਆਂ ਬਿਲਕੁਲ ਤਿਆਰ ਰਹਿਣ, ਪਰ ਸਾਹਮਣੇ ਦੋਨੋਂ ਟੀਮਾਂ ਨੇ ਕਹਿੰਦੇ ਦੋਨੋਂ ਗਰਾਊਂਡਾਂ ਦੇ ਵਿੱਚ ਵੱਡੀ ਲੀਡ ਜਿਹੜੀ ਹਾਸਲ ਕੀਤੀ ਆ। ਉਹ ਬਾਲ ਆ ਮੁੰਡਿਆ, ਇਹ ਹੈ ਮੂਸਾ ਮੁੰਡਾ, ਦੱਸ ਹੋ ਗਏ ਇੱਧਰ ਢਾਣੀ ਮਹਿਤਾਬ ਦੇ, ਕਮਾਲ ਹੋ ਗਈ ਕਹਿੰਦੇ ਖੇਡ ਗਰਾਊਂਡ ਦੇ ਵਿੱਚ, ਅੱਡੀ ਚੋਟੀ ਦਾ ਮੁੰਡਿਆਂ ਦਾ ਕਹਿੰਦੇ ਜ਼ੋਰ ਲੱਗਿਆ ਹੋਇਆ ਹੈ, ਵੀ ਜ਼ੋਰ ਤੇ ਜਵਾਨੀ ਹੁੰਦੀ ਉਮਰਾਂ ਦੀ ਖੇਡ, ਆਹ ਵੇਖੋ ਮੁੰਡੇ ਜ਼ੋਰ ਲਾ ਰਹੇ ਹੈ,
ਗਰਾਊਂਡ ਨੰਬਰ 1 ਦੇ ਵਿੱਚ ਕਦੇ ਤਾੜ ਤਾੜ ਜਿਹੜੀ ਮੁੰਡੇ ਕਦੇ ਕਰਵਾਈ ਆਉਂਦੇ ਆ, ਪਰ ਇਧਰਲੇ ਪਾਸੇ ਗਲਤੀ ਫੇਰ ਜਿਹੜੀ ਮੁੰਡਿਆਂ ਨੇ ਕਦੇ ਕੀਤੀ ਆ। ਬਾਬੇ ਆ ਬਾਬੇ ਆ ਕੋਈ ਕਮਾਲ ਕਰਨਾ ਪੈਣਾ ਹੈ, ਬਾਬੇ ਆ ਕੋਈ ਕਮਾਲ ਕਰਨਾ ਪੈਣਾ ਹੈ। ਦੁਨੀਆ ਬੜਾ ਪਿਆਰ ਕਰਦੀ ਹੈ ਤੇਰੀ ਖੇਡ ਨੂੰ, ਪਰ ਗਲਤੀ ਵੱਡੀ ਹੋ ਗਈ ਹੈ ਮੇਰੀ ਵੀਰਿਓ। ਖੇਡ ਦੇ ਮੈਦਾਨ ਦੇ ਵਿੱਚ ਗਲਤੀ ਜਿਹੜੀ ਕਦੇ ਵੱਡੀ ਮੁੰਡੇ ਨੇ ਕਦੇ ਕੀਤੀ ਆ, ਔਰ ਗਲਤੀ ਦੀ ਸਜ਼ਾ ਇੱਕੋ ਇੱਕ ਹੈ। ਪੁਆਇੰਟ ਵਿਰੋਧੀਆਂ ਦੇ ਖਾਤੇ ਦੇ ਵਿੱਚ ਕਦੇ ਜਾ ਜੁੜਦਾ ਹੈ, ਸਾਹਮਣੇ ਬਾਹ ਹੋਏ ਨਾ ਜਾਂਦਾ। ਹਾਂ ਸੋ ਪੂਰੇ ਨੰਬਰ ਲਾਤਾ ਹੈ, ਇੱਥੇ ਤੱਕ ਰਾਹ ਹੋਏ ਨਾ ਜਾਂਦਾ ਹੈ। ਵੱਲਾ ਵੱਲਾ ਕਰਾਤੀ ਮੁੰਡੇ ਨੇ, ਲਾਉ ਸਾਹਮਣੇ ਫੇਰ ਵੱਡੀ ਟਰਾਈ ਹੈ। ਹੁਣ ਢਾਣੀ ਮਹਿਤਾਬ ਸ਼ਕਤੀ ਦੀ ਟੀਮ ਨੇ ਜਾਂ ਫਿਰ ਚੈਨੇ ਵਾਲੀ ਪੀ ਦੀ ਟੀਮ ਨੇ ਬੱਲੇ ਬੱਲੇ ਕਰਾਉਣੇ ਹੈ, ਸਮੇਂ ਦਾ ਇੰਤਜ਼ਾਰ ਹੈ। ਮੈਂ ਤਾਂ ਹੀ ਕਰਾਇਆ ਵੀ ਤੂੰ ਮਾਲ ਨਾ ਮਾਰੇ, ਪੱਟੀ ਟੁੱਟੇ ਟੁੱਟਦੀ ਹੈ, ਬਹੁਤ ਟੁੱਟਦੀ ਹੈ ਪੱਟੀ। ਕਮਾਲ ਹੋ ਗਈ ਖੇਡਦੇ ਕਹਿੰਦੇ ਗ੍ਰੇਡ ਦੇ ਵਿੱਚ। ਹਾਂ ਬੱਚੀ ਅਨਮੋਲ ਹੈ ਸਾਡਾ ਵੀਰ, ਮੈਂ ਪਹਿਲਾਂ ਦੱਸਿਆ ਹੈ ਉਮਰ ਭਾਵੇਂ ਨਿੱਕੀ ਹੈ, ਤਜਰਬਾ ਵੇਖ ਲੈ ਕਿੱਡਾ ਹੈ। ਗਰਾਊਂਡ ਦੇ ਵਿੱਚ ਖੜ ਤੋਂ ਡਰ ਲੱਗਦਾ ਹੈ, ਪਰ ਆਹ ਮੁੰਡਾ ਵੇਖ ਲਓ ਵੀ ਡੱਟ ਕੇ ਮੁਕਾਬਲਾ ਜਿਹੜਾ ਕਰ ਰਿਹਾ ਹੈ। ਹਾਂ ਖੇਡ ਦੇ ਮੈਦਾਨ ਦੇ ਵਿੱਚ ਮਹਾਨ ਉਹ ਹੁੰਦਾ ਹੈ ਜਿਹੜਾ ਖੜ ਜਾਂਦਾ, ਜਿਹੜਾ ਲੜ ਜਾਂਦਾ, ਜਿਹੜਾ ਮਰ ਜਾਂਦਾ ਹੈ। ਭਾਈਦਿਆਂ ਨੂੰ ਇੱਥੇ ਕੋਈ ਨੀ ਕੋਈ ਦਾ, ਜਿਹੜੇ ਭਾਈਦੇ ਆ ਇਹ ਚੋ ਜਿੱਤ ਗਈ ਜੀ ਢਾਣੀ ਮਹਿਤਾਬ ਸ਼ਕਤੀ ਦੀ ਟੀਮ ਜਾਂਦੀ ਹੈ, ਜਾਂਦੀ ਨਹੀਂ ਹੈਗੀ ਚੈਨੇ ਵਾਲਾ ਵੀ ਗਈ ਹੈ। ਦਰੀਆਪੁਰ ਡੱਬੂ ਚੈਨੇ ਵਾਲੀ ਬੀ ਦਾ ਇੱਕ ਰੈਫਰੀ ਆਓ ਜੀ ਗਰਾਊਂਡ ਨੰਬਰ 1 ਚ, ਜਿਹੜੇ ਗਰਾਊਂਡ ਚੋਂ ਮੈਚ ਸਮਾਪਤ ਹੋਇਆ ਚੈਨੇ ਵਾਲੀ ਦੀ ਟੀਮ ਦਾ, ਉਹ ਗਰਾਊਂਡ ਦੇ ਵਿੱਚ ਚੈਨੇ ਵਾਲੇ ਦਾ ਇੱਕ ਰੈਫਰੀ ਆ ਜਾਏਗਾ ਜੀ ਜ਼ਰੂਰ। ਰੈਫਰੀ ਆਓ ਜੀ ਚੈਨੇ ਦਾ ਸੋਪੂ ਭੇਜੋ ਇੱਕ ਰੈਫਰੀ ਬਾਈ। ਹਾਂ ਠੀਕ ਹੈ, ਗਰਾਊਂਡ ਨੰਬਰ 2 ਦਾ ਕੀ ਹਾਲ ਚਾਲ ਹੈ ਜੀ? ਹਾਂਜੀ ਦੋਸਤੋ ਕੀ ਹਾਲ ਚਾਲ ਜੇ? 10-9 10-9 ਫਸ ਗਿਆ ਮੈਂ ਕਿਹੜੀ ਮੇਰੀ ਵੀਡੀਓ। 3-9 ਦਾ ਮੁਕਾਬਲਾ ਸੀ, ਹੁਣ 10-9 ਦਾ ਕਰਤਾ। ਬਾਬੇ ਨੂੰ ਦੁਨੀਆ ਗੇਮ ਚੇਂਜਰ ਕਹਿੰਦੀ ਹੈ ਮੇਰੀ ਵੀਡੀਓ। 10-8 ਗੇਮ ਚੇਂਜਰ ਹੈ ਬਾਬਾ, ਕਹਿੰਦੇ ਹਾਰੇ ਹੋਏ ਮੈਚ ਜਿੱਤਣ ਦਾ ਕੰਮ ਰੱਖਦਾ, ਪਰ ਗਲਤੀ ਹੁਣ ਵੱਡੀ ਹੋ ਗਈ ਮੇਰੀ ਵੀਡੀਓ ਖੇਡ ਦੇ ਮੈਦਾਨ ਦੇ ਵਿੱਚ।
ਬਾਈ ਮਾਨਖੇੜਾ ਤੇ ਦਰੀਆਪੁਰ ਡੱਬੂ ਦੀਆਂ ਟੀਮਾਂ ਹੁਣ ਗਰਾਊਂਡ ਨੰਬਰ 1 ਚ ਮਾਨਖੇੜਾ ਆ ਗਈ ਬਾਈ ਕਿਹੜੀ ਸਾਈਡ ਹੈ ਮਾਨਖੇੜਾ ਠੀਕ ਹੈ ਜੀ ਤੇ ਦਰੀਆਪੁਰ ਡੱਬੂ ਆ ਗਈ ਬਾਈ ਹਾਂ ਦੋਨੋਂ ਟੀਮਾਂ ਆ ਗਈਆਂ ਹੈ ਮੈਚ ਸ਼ੁਰੂ ਕਰਵਾਈ ਆਪਾਂ ਹੁਣ ਇਹਨਾਂ ਟੀਮਾਂ ਦਾ ਮੈਚ ਜਿਹੜਾ ਸ਼ੁਰੂ ਕਰਵਾ ਦਾਂਗੇ ਪਰ ਇਧਰਲੇ ਪਾਸੇ ਹੁਣ ਵੱਡੀਆਂ ਵਾਪਸੀਆਂ ਮੁੰਡੇ ਕਿਤੇ ਕਰਦੇ ਨਜ਼ਰ ਆ ਰਹੇ ਹੈ ਖੇਡਦੇ ਕਿਤੇ ਮੈਦਾਨ ਦੇ ਵਿੱਚ ਵੱਡੀਆਂ ਵਾਪਸੀਆਂ ਮੁੰਡੇ ਕਿਤੇ ਕਰ ਰਿਹਾ ਹੈ ਪਰ ਉਧਰਲੇ ਪਾਸੇ ਹੁਣ ਬਾਬੇ ਦੀ ਟੀਮ ਵੀ ਕਹਿੰਦੇ ਵਿਉਂਤਬੰਦੀ ਜਿਹੜੀ ਬਣਾ ਰਹੀ ਹੈ ਮੁੰਡੇ ਝੋੜਾ ਵਾਲੇ ਵੀ ਕਹਿੰਦੇ ਵਿਉਂਤਬੰਦੀ ਜਿਹੜੀ ਘੜਦੇ ਵੀ ਇੱਥੋਂ ਹੁਣ ਕਿਹੜੇ ਹਿਸਾਬ ਦੇ ਨਾਲ ਜਿਹੜੀਆਂ ਵਾਪਸੀਆਂ ਉਹ ਹੋ ਸਕਦੀਆਂ ਹੈ ਤੇ ਵਾਪਸੀਆਂ ਕਰਨੀਆਂ ਬਹੁਤ ਜ਼ਰੂਰੀ ਹੈ ਜੇ ਤੇ ਮੈਚ ਦੇ ਵਿੱਚ ਵਾਪਸੀ ਹੋ ਗਏ ਠੀਕ ਹੈ ਨਹੀਂ ਤੇ ਫਿਰ ਘਰ ਨੂੰ ਵਾਪਸੀਆਂ ਕਰਨੀਆਂ ਪੈਣਗੀਆਂ ਉਹ ਬਾਈ ਪ੍ਰਬੰਧਕ ਕਿੱਥੇ ਬਾਲ ਦਿਓ ਜੀ ਆ ਬਾਲ ਮੈਲਾ ਦਾ ਗਰਾਊਂਡ ਨੰਬਰ 1 ਵਾਲੀ ਫਟ ਗਈ ਕਮੇਟੀ ਮੈਂਬਰ ਉਹਨਾਂ ਨੂੰ ਬਾਲ ਦਿਓ ਜੀ ਉਹ ਕਹਿੰਦੇ ਉਹ ਬਾਲ ਫਟ ਗਈ ਆ ਹੋਰ ਬਾਲ ਦੇ ਦਿਓ ਜੀ ਕੁਲਵੰਤ ਰਾਜੂ ਰਾਮ ਗਰਾਊਂਡ ਨੰਬਰ 2 ਦੇ ਵਿੱਚ ਇੱਕ ਟੀਮ ਦੇ ਫਿਓਜ ਉੱਡਣੇ ਜ਼ਰੂਰ ਹੈ ਲਵੀ ਬਾਬਿਆ ਤੇਰੇ ਨਾਲ ਵਾਲਿਆਂ ਨੂੰ ਕੈਮ ਕਰ ਲਾ ਹੈ ਤੇਰੇ ਨਾਲ ਵਾਲਿਆਂ ਨੂੰ ਕਰ ਲਾ ਕੈਮ ਹੈ ਲਓ ਸਾਹਮਣੇ ਇੱਕ ਵਾਰੀ ਫੇਰ ਤੋੜਦੇ ਪੱਟੀ
ਭਾਈ ਇੱਕ ਤਾੜੀ ਮਾਰੋ ਜੇ ਗਰਾਊਂਡ ਨੰਬਰ 2 ਦੇ ਵਿੱਚ ਦਾ ਨਜ਼ਾਰਾ ਆਉਂਦਾ ਯਾਰ, ਕਮਾਲ ਹੋਈ ਪਈ ਆ ਕਦੇ ਗਰਾਊਂਡ ਨੰਬਰ 2 ਦੇ ਵਿੱਚ, ਲਾਲਾ ਲਾਲਾ ਕਦੇ ਹੋਈ ਪਈ ਆ ਵੀ ਲਾਲਾ ਲਾਲਾ ਹੋ ਗਈ, ਖੜਾ ਗਿਆ ਹੱਲ ਸੀ ਘਰੋਂ ਘਰੀ ਤੋਰ ਤੇ ਸੱਚਾ ਤੇ ਮਨ ਸੀ, ਹੁਣ ਤੇ ਘਰੋਂ ਘਰੀ ਤੋਰਨ ਵਾਲੀ ਗੱਲ ਹੋ ਗਈ ਆ। ਹੋਰ ਵੇਖਦੇ ਮੇਰੀ ਵੀਡੀਓ ਨਾ ਤੇ ਢਾਣੀ ਮਹਿਤਾਬ ਸ਼ਕਤੀ ਇਹਨਾਂ ਦਾ ਜੀ ਕਰਦਾ ਹੈ ਤੇ ਨਾ ਕਦੇ ਮੇਰੀ ਵੀਡੀਓ ਝੋਲਾ ਰੋਸ਼ ਦੀ ਟੀਮ ਦਾ ਜੀ ਕਰਦਾ ਹਾਰਨ ਦਾ। ਮੇਰੀ ਗੁਜ਼ਾਰਿਸ਼ ਹੈ ਵੀਰਾਂ ਨੂੰ ਰੈਫਰੀ ਹੈਗੇ ਟੀਮਾਂ ਹੈਗੀਆਂ ਆਪ ਹੀ ਡਿਸਾਈਡ ਕਰ ਲੈਣਗੇ, ਪਰ ਐਕਸਟਰਾ ਬੰਦੇ ਬਾਹਰੋਂ ਗਰਾਊਂਡ 'ਚ ਨਾ ਜਾਣ। ਹਾਂ ਜਿਹੜਾ ਫੈਸਲਾ ਕਮੇਟੀ ਵਾਲੇ ਮੁੰਡਿਆਂ ਨੇ ਦਿੱਤਾ ਉਹ ਅੰਤਿਮ ਸਰਬਮਾਨਿਆ ਤੇ ਅਟਲ ਰਹਿਣਾ, ਕਮੇਟੀ ਦਾ ਫੈਸਲਾ। ਹੁਣ ਬਾਈ ਉੱਧਰ ਇਕੱਠ ਕਰ ਲਓਗੇ ਯਾਰ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੁਸੀਂ ਕਿੱਡੇ ਕੁ ਪੰਚਾਇਤੀ ਹੋ ਬਾਈ ਜਿਹੜੇ ਬਾਹਰੋਂ ਜਾਂਦੇ ਹੋ ਯਾਰ, ਕਾਹਨੂੰ ਜਾਂਦੇ ਹੋ ਬਾਈ? ਆਪਣੇ ਰੈਫਰੀ ਬੈਠੇ ਆ, ਟੀਮਾਂ ਖੜੀਆਂ, ਕਮੇਟੀ ਵਾਲੇ ਬੈਠੇ, ਆਪ ਹੀ ਨਿਬੇੜ ਦੇਣਗੇ। ਬਾਈ ਆ ਗਰਾਊਂਡ ਨੰਬਰ 1 ਵਾਲਾ ਮੈਚ ਕਿਉਂ ਨਹੀਂ ਸ਼ੁਰੂ ਹੋ ਰਿਹਾ? ਦਰਿਆਪੁਰ ਡੱਬੂ ਤੇ ਮਾਨ ਖੇੜਾ ਦੋਨੋਂ ਟੀਮਾਂ, ਰੈਫਰੀ ਆ ਗਿਆ ਬਾਈ, ਚੈਨੇ ਵਾਲੇ ਬੀ ਦਾ ਰੈਫਰੀ। ਠੀਕ ਹੈ ਵੀਰੇ, ਕਰਾਓ ਫਿਰ ਸ਼ੁਰੂ। ਅੱਛਾ ਕਰਾ ਦਿਓ ਕਰਾ ਦਿਓ, ਹੋ ਗਈ ਹੋਣੀ ਚੈੱਕ। ਲਾਈਨ ਆ ਬੱਚੀ, ਉਹ ਬਾਈ ਰੌਲਾ ਨਾ ਪਾਓ, ਗਰਾਊਂਡ ਨੰਬਰ 2 ਹੋ ਗਈ ਚੈੱਕ ਜੀ, ਕਹਿੰਦਾ ਬਾਲ ਵੱਜੂਗੀ ਇੱਥੇ, ਹਲੇ ਕੋਈ ਕਸਰ ਹੈ ਨਾ ਦੇਖ ਲਓ ਵੀਰੇ ਆਪਾਂ ਨੂੰ ਨਵੀਂ ਹੈ ਨਾ, ਕੋਈ ਕਰੋ ਜਿਵੇਂ ਵੀ ਲੱਗਦੀ ਤੁਸੀਂ ਕਰ ਲਓ, ਉਹਤੋਂ ਬਾਅਦ ਫਿਰ ਆਪਾਂ ਮੈਚ ਸ਼ੁਰੂ ਕਰ ਦਈਏ। ਬਾਈ ਜਿਹੜਾ ਹਾਲ ਆ ਦਰਸ਼ਕਾਂ ਨੇ ਕਰ ਰੱਖਿਆ ਨਾ, ਐਂ ਲੱਗਦਾ ਜਿਵੇਂ ਕੋਈ ਬੰਦਾ ਲੱਡੂਆਂ ਨਾਲ ਤੋਲੀ ਜਾਂਦੇ ਹੁਣ, ਹੈ ਕਾਲੇ ਸਧਾਣੀ ਆਪਣੇ ਮੰਤਰੀਆਂ ਦਾ ਨਾ ਗਿਗਰੀ, ਉਦੋਂ ਐਂ ਇਕੱਠ ਹੋ ਜਾਂਦਾ ਉੱਥੇ। ਓਏ ਬਾਈ ਆ ਪੈਪ ਕਿਉਂ ਲੈਂਦੇ ਯਾਰ, ਕਿਤੇ ਗਲ ਚ ਤਾਰ ਪਾਓਗੇ ਤੁਸੀਂ? ਬਾਈ ਬਣ ਕੇ ਆ ਪੈਪ ਤੋਂ ਦੂਰ ਹੋ ਜਾਓ, ਕਾਹਨੂੰ ਬਾਈ? ਫਿਰ ਕਿਸੇ ਦੀ ਯਾਦ ਚ ਮੇਲਾ ਹੋਇਆ ਕਰੂਗੀ ਫਾਇਦਾ? ਫਿਰ ਮੋਟੇ ਮੋਟੇ ਅੱਖਰਾਂ ਚ ਸਭ ਤੋਂ ਪਹਿਲਾਂ ਲਿਖਣਾ ਪਿਆ ਕਰੂਗਾ ਸਵਰਗੀ ਫਲਾਣਾ ਸਿੰਘ, ਉਹਦੀ ਯਾਦ ਦੇ ਵਿੱਚ ਵਾਲੀਬਾਲ ਮੇਲਾ ਕਰਵਾਇਆ ਜਾ ਰਿਹਾ। ਬਾਬੇ ਪੀਰ ਦਾ ਨਾਮ ਤਾਂ ਬਾਅਦ ਚੋਂ ਆਇਆ ਕਰੂਗਾ, ਫਿਰ ਪੈਪ ਤੋਂ ਹੋ ਜਾਓ ਪਾਸੇ ਪਾਸੇ ਬਾਈ ਯਾਰ। ਇੱਧਰ ਲੱਭਾ ਵੀਰ ਹੈ ਸਾਡਾ ਮਾਣ ਖੇੜੇ ਪਿੰਡ ਵਾਲਾ, ਤੇ ਕਹਿੰਦਾ ਵੀ ਲੱਭਾ ਲਵਦੀਪ ਕਹਿੰਦਾ ਵੀ ਜੇ ਆਪਾਂ ਮੈਚ ਜਿੱਤ ਗਏ ਤੇ ਰਮਣੇ ਦੇ ਵੱਡੇ ਸਨਮਾਨ ਕਰ ਦਾਂਗੇ ਖੁਸ਼ੀ ਚ। ਵਾਹ ਓਏ ਲੱਭੇ ਆ, ਦਿਲ ਹੋਣਾ ਚਾਹੀਦਾ ਹੈ, ਉਮਰਾਂ ਚ ਕੀ ਰੱਖਿਆ, ਦਿਲ ਹੋਣਾ ਚਾਹੀਦਾ ਜਵਾਬ, ਉਮਰਾਂ ਚ ਕੀ ਰੱਖਿਆ ਹੈ। ਲਓ ਹੋ ਗਿਆ ਕਹਿੰਦੇ ਮਹਾਂਯੁੱਧ ਸ਼ੁਰੂ ਮੇਰੇ ਮਿੱਤਰੋ ਖੇਡ ਗਰਾਊਂਡ ਦੇ ਵਿੱਚ, ਇੱਥੇ ਰੱਖ ਵਾਹ ਹੋਏ ਲਾਈ ਜਾਂਦਾ ਹੈ। ਔਰ ਮਾਣ ਖੇੜੇ ਵਾਲੇ ਮੁੰਡੇ ਹੈ, ਦੂਜੇ ਪਾਸੇ ਕਹਿੰਦੇ ਦਰਿਆਪੁਰ ਡੱਬੂ ਦੀ ਟੀਮ ਹੈ,
ਪਰ ਲੈ ਵੀ ਲੱਭਿਆ ਗਲਤੀ ਕੀਤੀ ਹੈ ਮੁੰਡਿਆਂ ਨੇ, ਸਮਝਾਉਣਾ ਪੈਣਾ ਉਹ ਕਰੋ ਜੀ ਫੈਸਲਾ ਪਰਲਾ ਪਰਲੇ ਗਰਾਊਂਡ ਦਾ ਨਿਬੇੜੋ ਜੀ। ਫਾਉਲ ਕਰੋ ਰੂਲ ਬਣਾਇਆ ਹੋਇਆ ਰੱਖਿਓ ਰੂਲ ਪਤਾ ਮੈਂ ਆਪਣੇ ਸਮਝਾਇਆ ਮੈਂ ਚਾਹੇ ਚੰਨੀ ਵਾਲਾ ਸਾਰਾ ਸਾਰਾ ਸਮਝਾਇਆ ਵਾਲਾ ਫਾਉਲ ਹੈ ਜੀ ਹਾਂ ਫਾਉਲ ਹੈ ਪਿੱਛੇ ਵਾਲਾ ਬੰਦਾ ਸਮੇਂ ਸਕੋਰ ਮਾਰ ਸਕਦਾ ਉਹ ਰੂਲ ਹੈ ਜਿਹੜਾ ਭਾਈ ਨਵੇੜੋ ਕੀ ਨਿਬੜਿਆ ਉਹਦਾ ਨਟੀਅਰ ਮਾਰ ਸਕਦਾ ਜੇ ਨਹੀਂ ਨਿਬੜਦਾ ਤੋਂ ਮਨ ਕਰ ਦੋ ਫਿਰ ਦੋਨੇ ਟੀਮਾਂ ਦਾ ਹੋ ਜੀ ਬਸ ਤੁਸੀਂ ਕਰ ਲਓ ਫਿਰ ਫੈਸਲਾ। ਉਹ ਵਾਹ ਮੁੰਡੇ ਅੱਧਰਲੇ ਪਾਸੇ ਗਰਾਊਂਡ ਨੰਬਰ 1 ਦੇ ਵਿੱਚ ਆ ਇੱਥੇ ਰੱਖ ਖਾਲਸੇ ਨੇ ਬੱਲੇ ਬੱਲੇ ਕਰਾਤੀ ਹੈ ਮੇਰੀ ਵੀਡੀਓ ਸਾਇਦ ਤੱਕ ਇਹਨਾਂ ਦੀ ਸੀਗੀ ਆ ਕੰਮ ਕੋਠੇ ਉਹ ਸ਼ਡੂਲ ਕੱਢ ਗਏ ਪਤਾ ਨਹੀਂ ਮੈਂ ਤਾਂ ਜਾਣਦਾ ਨਹੀਂ ਪਹਿਲਾਂ ਖੇਲ ਤੋਂ ਬੀਚ ਮੈਂ ਸਾਇਦ ਤੱਕ ਬਾਹਰ ਬੂਰ ਚੱਲ ਗਏ ਉਹ ਅੱਛਾ ਫੌਜੀ ਤੋਂ ਇਹ ਸਾਇਦ ਫੌਜੀ ਹੈ ਮਤਲਬ ਹਾਂ ਫੌਜੀ ਹਾਂ ਬਣਾ ਰੱਖਿਆ ਬਣਾ ਰੱਖਿਆ ਰੋ ਮੁੰਡਾ ਪਤਾ ਤਾਂ ਹੋਵੇ ਗੱਲ ਤਾਂ ਰੂਲ ਸੀ ਹਾਂ ਦੱਸਿਆ ਨਹੀਂ ਉਹ ਗੱਲ ਅੱਡਾ ਤੁਸੀਂ ਡਬਲ ਹੈਂਡ ਲਾ ਸਕਦੇ ਸੀ ਉਦੋਂ ਵੀ ਬਾਲ ਤਾਂ ਬੜੀਆ ਬਣੀ ਹੋਈ ਸੀ ਡਬਲ ਹੈਂਡ ਵੀ ਲਗਾ ਸਕਦੇ ਸੀ ਸਿੰਗਲ ਤਾਂ ਹੀ ਲਾਇਆ ਪਤਾ ਹੁੰਦਾ ਮੈਂ ਕੰਮ ਸੁਣਦਾ ਹਾਂ ਦੈਟਸ ਵੈਰੀ ਗੁੱਡ ਬ੍ਰੋ ਕੋਮਨ ਵੀ ਨਹੀਂ ਕਰਦੇ ਹਾਂ ਹੁਣ ਤਾਂ ਫਿਰ ਆਹ ਰੂਲ ਦੇ ਹੁਣ ਗਿਣਾ ਹੋਣਗੇ ਠੀਕ ਹੈ ਠੀਕ ਹੈ ਹੋਣਾ ਚਾਹੀਦਾ ਕਰ ਕਰ ਠੀਕ ਹੈ ਆ ਬਰਾ ਦੇ ਬਾਬਾ ਪੀਰ ਦੀ ਦਰਗਾਹ ਦੇ ਵਿੱਚ ਜਾ ਕੇ ਤੁਸੀਂ ਪ੍ਰਸ਼ਾਦਾ ਵੀ ਛਕ ਸਕਦੇ ਹੋ ਇੱਧਰ ਕੀ ਨਿਬੜਿਆ ਸਰਪੰਚ ਦੀਆਂ ਵੋਟਾਂ ਨੂੰ ਕੋਈ ਫਾਸਾ ਲੰਬਾ ਬਣ ਗਿਆ ਫੈਸਲਾ ਸ਼ੀਲੂ ਬਾਈ ਹੈ ਸਾਡਾ ਜੇ ਦਰੀਆਪੁਰ ਦੀ ਟੀਮ ਜਿੱਤਦੀ ਹੈ ਸ਼ੀਲੂ ਬਾਈ ਕਹਿੰਦਾ ਵੀ ਇੱਕ ਨੰਬਰ ਗਰਾਊਂਡ ਦੀ ਫਿਰ ਦਰੀਆਪੁਰ ਦੀ ਟੀਮ ਨੂੰ ਰੁਪਈਆ 500 ਦਿੱਤਾ ਜਾਵੇਗਾ ਇਟਲੀ ਵਾਲਾ ਵੀਰ ਹੈ ਸਾਡਾ ਸ਼ੀਲੂ ਉਹਦੇ ਵੱਲੋਂ ਦਰੀਆਪੁਰ ਦੀ ਟੀਮ ਜੇ ਜਿੱਤਦੀ ਹੈ ਤੇ ਰੁਪਈਆ 500 ਦਿੱਤਾ ਜਾਵੇਗਾ ਉਹਦਾ ਵੀ ਬਹੁਤ ਵੱਡਾ ਧੰਨਵਾਦ ਹੈ ਬਾਈ ਪਰਲਾ ਮੈਚ ਕੀ ਨਿਬੜਿਆ ਜੀ ਹੁਣ ਤਾਂ ਪਤਾ ਹੀ ਲੱਗਦਾ ਕੌਣ ਕਿੱਥੇ ਚਾਰ ਕਿੱਧਰ ਖੜੇ ਚਾਰ ਕਿੱਧਰ ਜੀ ਫਾਉਲ ਹੈ ਓਕੇ ਜੀ ਫਾਉਲ ਕਰਾਰ ਦਿੱਤਾ ਗਿਆ ਜੀ ਉਹ ਪੁਆਇੰਟ ਗਰਾਊਂਡ ਨੰਬਰ 2 ਚ ਸ਼ੀਲੂ ਪੁਆਇੰਟ ਪੁੱਛੀ ਗਰਾਊਂਡ ਨੰਬਰ 2 ਦੇ ਦਸ ਤੇਰਾ
ਸ਼ੂਟ ਦੀ ਨਹੀਂ ਘਰ ਹੈ ਨੈਟ ਤਜਰਬਾ ਬਹੁਤ ਬੜੀ ਜਨਰਲ ਡਿਊਟੀ ਚੱਲ ਰਹੀ ਹੈ ਸ਼ਿਫਟ ਮੈਂ ਪਨੇਹਾਰੀ ਦੇ ਅਲੀ ਸਦਰ ਦੀ ਟੀਮਾਂ ਇੱਧਰ ਆਉਣਗੀਆਂ ਬਾਈ ਜੀ ਦੋ ਨੰਬਰ ਗਰਾਊਂਡ ਦੇ ਪਨੇਹਾਰੀ ਦੇ ਅਲੀ ਸਦਰ ਔਰ ਇਹ ਟੀਮਾਂ ਜਿਹੜੀਆਂ ਆਉਣਗੀਆਂ ਬੜਾ ਸੋਹਣਾ ਮੈਚ ਦਿੱਲੀ ਪਾਸੇ ਖੇਡਿਆ ਗਿਆ ਹੈ ਠੀਕ ਹੈ ਜੀ ਠੀਕ ਹੈ ਧਾਲੀ ਮਹਿਤਾ ਦੀ ਟੀਮ ਸ਼ਕਤੀ ਹੁਣਾਂ ਦੀ ਟੀਮ ਦੋ ਨੰਬਰ ਕਿਹੜੇ ਜਿੱਤਣ ਲਈ ਚਾਹੀਦੇ ਆ ਇੱਕ ਵੱਡੀ ਟੀਮ ਨੂੰ ਵੱਡੀ ਟੱਕਰ ਦਿੱਤੀ ਅੱਜ ਸ਼ਕਤੀ ਹੁਣਾਂ ਨੇ ਮਨਜੀਤ ਹੁਣਾਂ ਨੇ ਔਖਾ ਹੋਈ ਜਾਂਦਾ ਹੁਣ ਹੈਲੋ ਇੱਥੇ ਰੰਗ ਭੁੱਲਰ ਕਹਿੰਦੇ ਪੁਲਸੀਆ ਪੁੱਜਿਆ ਹੋਇਆ ਹਾਂਸਪੁਰ ਪਿੰਡ ਵਾਲਾ ਪਰ ਸਾਹਮਣੇ ਦਿੱਲੇ ਪਾਸੇ ਜਿੰਨਾ ਚਿਰ ਬਾਬਾ ਖੜਾ ਤੇ ਉਨਾ ਚਿਰ ਪਤਾ ਕੁਝ ਨਹੀਂ ਵੀ ਬਣਨਾ ਕੀ ਆ ਪਿਛਲੇ ਮੈਚ ਦੇ ਵਿੱਚ ਜਦੋਂ ਦਖੋਰ ਦੇ 12 ਸੀਗੇ ਤੇ ਉਹਦੇ ਉਦੋਂ ਗੱਲਬਾਤ ਲਾਈਏ ਟਿਕਾਣੇ ਇੱਧਰ ਹਾਲੇ 13 ਹੀ ਹੋਏ ਆ ਪਰ ਪਤਾ ਕੁਝ ਨਹੀਂ ਵੀ ਬਣਨਾ ਕੀ 11 ਹੋ ਗਏ ਬਾਈ ਇੱਧਰ ਯਾਰ ਚੇਂਜ ਹੀ ਹੋਈ ਆ ਜੀ 10-13 ਹੀ ਆ ਨਵੀਂ ਪਾਣੀ ਵਾਲਾ ਗਲਾਸ ਲੈ ਕੇ ਆਓ ਮੇਰਾ ਵੀਰ ਜਲਦੀ ਨਾ ਇੱਧਰ ਦਰੀਆਪੁਰ ਡੱਬੂ ਦੇ ਸਾਹਮਣੇ ਤੱਕਾਂਗੇ ਬਾਣ ਖੇਡ ਦੀ ਟੀਮ ਦੇ ਮੈਚ ਰੜੇ ਖੇਡੇ ਜਾ ਰਿਹਾ ਹੈ ਬਹੁਤ ਸੋਹਣਾ ਮੈਚ ਇੱਧਰ ਵੀ ਖੇਡਿਆ ਜਾ ਰਿਹਾ ਹੈ ਸ਼ੀਲੂ ਭਰਾ ਸਾਡਾ ਇਟਲੀ ਵਾਲਾ ਕਿਹੜੇ ਜੁੜਿਆ ਹੋਇਆ ਵਾਡੀ ਵੀਰ ਸਾਡਾ ਔਰ ਪਿੰਡ ਕਿਹੜੇ ਦਰੀਆਪੁਰ ਦਾ ਵਸਨੀਕ ਕਹਿੰਦੇ
ਵੱਡੇ ਮਾਣ ਕਰਦਾ ਪਿੰਡ ਵਾਲੇ ਮੁੰਡਿਆਂ ਦੇ ਖੇਡ ਦੇ ਉੱਪਰ ਜਾਂਦਾ ਮੈਚ ਜਿੱਦੇ ਦੇ ਕਹਿੰਦੇ ਬਈ 500 ਦੇ ਦੇਣੇ ਆਏ ਪਰ ਸਾਹਮਣੇ ਜਿੱਤਣਾ ਔਖਾ ਬੜਾ ਵੱਡੀ ਟੀਮ ਦੇ ਨਾਲ ਪੇਚੇ ਜਿਹੜੇ ਵੱਡੇ ਪੈ ਗਏ ਆ ਇੱਧਰ ਗਲਾਸ ਬਾਈ ਦੀ ਪੁੱਛਦਾ ਕਰਾਂਗੇ ਇੱਕ ਤੇ ਸਾਹਮਣੇ ਦੇਖਾਂਗੇ ਹੁਣ ਗੱਲਬਾਤ ਜਿਹੜੀ ਕਿੱਦਾਂ ਦੀ ਬਣਦੀ ਇੱਕ ਦੋ ਨੰਬਰਾਂ ਦੀ ਕਿਹੜੇ ਖੇਡ ਜਿਹੜੀ ਬਾਕੀ ਹੈ ਵਾਪਸੀਆਂ ਉੱਧਰ ਆਪਾਂ ਤੱਕ ਰਿਹਾ ਹੈ ਝੋੜ ਰੋਹੀ ਦੀ ਟੀਮ ਕਰਦੀ ਦਿਸ ਰਹੀ ਹੈ ਔਰ ਇਹਦੇ ਪਾਸੇ ਮਹਿਤਾਬ ਢਾਲੀ ਵਾਲੇ ਨੇ ਵੀ ਕਿਹੜੇ ਕਮਾਲ ਕੀਤੀ ਹੈ ਦੋਰੀਆਂ ਦੀ ਆਖਿਆ ਵੀ ਕਿਹੜੀ ਟੀਮ ਨੇ ਜਿੱਤ ਕਿਹੜੇ ਬੱਲੇ ਬੱਲੇ ਕਰਾ ਦੇਣੀ ਹੈ ਆਹ ਥੋੜੇ ਸਮੇਂ ਦੇ ਵਿੱਚ ਪਤਾ ਜਿਹੜਾ ਲੱਗ ਜਾਣਾ ਹੈ ਆ ਗਈ ਤੇਰੀ ਫੋਟੋ ਆ ਗਈ ਲੈ ਇੱਕ ਨੰਬਰ ਗਰਾਊਂਡ ਦੀ ਟੀਮਾਂ ਆ ਰਹੇ ਨੇੜੇ ਇੱਕ ਨੰਬਰ ਗਰਾਊਂਡ ਦਾ ਵੀ ਮੈਚ ਜਿਹੜਾ ਲਗਭਗ ਕਹਿ ਰਹੀ ਸਮਾਪਤੀ ਦੇ ਵੱਲ ਹੈ ਔਰ ਬਿਲਕੁਲ ਨੇੜੇ ਰਵਾਂਗੇ ਜਿਹਨਾਂ ਦਾ ਉੱਪਰੋਂ ਮੈਚ ਹੈ ਜੀ ਬੱਗੂਵਾਲੀ ਦੇ ਲਾੜਵਾਂ ਦੀ ਟੀਮਾਂ ਪਰ ਇਧਰਲੇ ਪਾਸੇ ਮੈਨੂੰ ਲੱਗਦਾ ਵੀ ਬਾਬਾ ਦੀ ਦੂਰੀਆਂ ਨਾਪਣੀਆਂ ਪੈਣਗੀਆਂ ਜਿਹੜੇ ਹਿਸਾਬ ਨਾਲ ਕੰਮ ਚੱਲੀ ਜਾਂਦਾ ਹੈ ਤੇ ਮੈਨੂੰ ਲੱਗਦਾ ਵੀ ਬਾਬਾ ਗੁਰੂ ਘਰ ਦਾ ਸਪੀਕਰ ਬੋਲਦੇ ਬੋਲਦੇ ਦੇ ਕੰਮ ਹੋ ਜਾਣਾ ਮੈਨੂੰ ਲੱਗਦਾ ਹੈ ਆਹ ਕੰਮ ਕਿਤੇ ਔਖਾ ਕਰਨਾ ਮੁੰਡਿਆਂ ਨੇ ਇਹ ਹੈ ਧਾਨੀ ਮਹਿਤਾਬ ਵਾਲਾ ਕਿਹੜੇ ਬਲਕੀਤ ਔਰ ਬੱਲੇ ਬੱਲੇ ਕਿਹੜੇ ਕਰਾਈ ਆਉਂਦਾ ਹੈ ਵਾਪਸੀ ਜਿਹੜੀ ਕਰਨੀ ਪੈਣੀ ਹੈ ਤੇ ਗੱਲਬਾਤ ਕਹਿੰਦੇ ਔਰ ਫੇਰ ਕਿਹੜੇ ਬਣੂਗੀ ਔਰ ਸਾਹਮਣੇ ਲੱਗਿਆ ਹੋਇਆ ਜ਼ੋਰ ਵੀ ਮੁੜਕੋ ਮੁੜਕੀ ਹੋ ਗਏ ਔਰ ਲੱਗਿਆ ਜ਼ੋਰ ਕੁੰਬਰਾਂ ਦਾ ਕੰਡਾ ਵੀ ਨੀ ਚੁਗਦਾ ਜਿਸਮ ਕਠੋਰ ਚੋਪੜਾ ਦਾ ਚੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਵਦਾਨੋਂ ਡਰ ਕੇ ਨਹੀਂ ਭੱਜਦੇ ਬਾਈ ਲਾੜਵਾ ਦੇ ਬੱਗੂ ਵਾਲੀ ਆਰੋੜੀ ਜਲਦੀ ਨਾਲ ਇੱਕ ਨੰਬਰ ਗਰਾਊਂਡ ਦੇ ਵਿੱਚ ਇੱਧਰ ਪਨਿਹਾਰੀ ਦੇ ਅਲੀ ਸਦਰ ਵੀ ਬਿਲਕੁਲ ਰੈਡੀ ਰਹੂਗੀ ਇੱਕ ਰੈਫਰੀ ਗਰਾਊਂਡ ਦੇ ਅੰਦਰ ਹੀ ਰੁਕ ਰਿਹਾ ਨੀ ਮਾਨ ਖੇਡੇਗਾ ਮਾਨ ਖੇਡੀ ਦੀ ਟੀਮ ਜੇਤੂ ਰਹੀ ਹੈ ਨੰਬਰ ਲਾਸਟ ਹੈ ਬਾਬੇ ਦੀ ਕਿਹੜੇ ਜਾਣਦੇ ਬਣੀਆ ਹੈ ਪੁਲਸੀਆ ਕਿਹੜੇ ਫਿੱਟ ਹੋਇਆ ਫਿਰਦਾ ਹੈ ਬਲਕੀਤ ਕਹਿੰਦਾ ਵੀ ਲਾਸ਼ ਨੰਬਰ ਮੈਂ ਜੋੜ ਦੇਣਾ ਤੇ ਬੱਲੇ ਬੱਲੇ ਕਰਾਉਣੀਆਂ ਹੈ ਆਹ ਭੱਜੇ ਫਿਰਦੇ ਆ ਜਿਵੇਂ ਕੱਚੇ ਧਾਗੇ ਫਿਰ ਚ ਖੁੱਲ ਖੁੱਲ ਕੈਦੀ ਭੱਜੇ ਆ ਆਹ ਗੱਲਾਂ ਕਿਹੜੇ ਹੋਈਆਂ ਆਹ ਸਾਹਮਣੇ ਨੰਬਰ ਲਾਸ਼ ਤੇ ਜੋੜੂਗਾ ਕੌਣ ਆਹ ਕਹਿੰਦੇ ਬੱਲੇ ਬੱਲੇ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਪਿਆਰ ਦੇ ਨਾਲ ਪਿਆਰ ਦੇ ਨਾਲ ਲੈ ਵੀ ਆ ਜਾਓ ਪਨਿਹਾਰੀ ਤੇ ਮੇਰੀ ਬੇਨਤੀ ਹੈ ਲੀ ਸਰ ਦੀ ਟੀਮਾਂ ਬਾਈ ਜੀ ਇੱਧਰ ਆ ਗਈ ਜੀ ਲਾੜਵਾ ਆਉ ਨੀ ਲਾੜਵਾ